अमृतपाल चढ़दी कला चाहे तुम्हें यह भी दस दो कोई फड़ा नहीं गया अफवाह ने एक तो बड़ा छेती ना हथा पर चल जा करो वह फौज लग गई हो मार तो हो पटे हो पंजाब आ हो गया हो गया भी वध तो वध वड्डी गिणती दे विच पिंडां दे विच काफले बना के गुरद्वारे च होके दवाओ ते वध तो वध लोग सड़कां दिओ ते जे अज असीं चुप करके घरां च बह गए तां याद रखियो आउण वाला समां पंजाब दे उत्ते बहुत माड़ा आउणा ते अमृतपाल सिंह दे हक च भी खड़ो नहीं ते नहीं फिर मुड़ के वर्सियां दे उत्ते कट करन जोग रहे आं नहीं मेरी गल याद रखियो इत्थे साडे लई बोलण वाला कोई वी नहीं रहिंदा। सत श्री अकाल जी, तुसीं वेख रहे हो डीफाइव चैनल पंजाबी ते मैं मनदीप सिंह वल्लों पर लगातार भाई अमृतपाल नूं लै के नवीं ते नवीं वीडियो सामने आ रही है ते हुण लखा सदाणा दा इक बयान सामने आया। लखा सदाणा ने कहा कि अमृतपाल चढ़दी कला दे विच है, वह गिरफ्तार नहीं होया। उन्होंने वीडियो जारी करके लोगों नूं अपील की है कि पिंडां दे विच गुरद्वारा साहिब दे विच लोसमेंट कराई जाए तां कि सड़कां दे उत्ते आ के सरकार नूं घेरिया जाए। होर की कुछ कहा तुहानूं सुणांदे आ लखा सदाणा दे जवानी। वाहिगुरू जी का खालसा, वाहिगुरू जी की फतेह। पंजाबीओ, पहली गल तां तुहानूं एक गल कहनी चाहुंदा कि एक तां बड़ा छेती ना हथां पैरां च आ जाया करो। वह फौज लग गई हो मार तो हो पटे हो पंजाब च आ हो गया हो हो गया एवं आप दुखी दे चैनल आ गोदी मीडिया से आ जिहड़े हैगे दूजे कौली चट मीडिया अफवाह फैलाई जांदे आ। एडी कोई आफत नहीं आई पंजाब ते, वधिया ठीक ठाक आ, नैट बंद है इधर। इस करके मैं यह वीडियो बना रहा ते बाहरले भरावां नूं भेज रहा कि तुसी बई वध तो वध अपने पिंडां दे वसनेहे लाउणे आ। कोई तुहाडा चाचा ताया कोई भरा कोई बापू आ मामा नूं भी भैणां नूं भी वध तो वध वड्डी गिणती दे विच पिंडां दे विच काफले बना के गुरद्वारे च होके दवाओ ते वध तो वध लोग सड़कां ते आउण। कल नूं मूसेवाले दी बरसी आ, उत्थे ही वध तो वध पहुंचो ते अमृतपाल सिंह दे हक च भी खड़ो नहीं ते नहीं फिर मुड़ के वर्सियां दे उत्ते कट करन जोग रहे आं असीं। ਜਾਂ ਫਿਰ ਥੱਲੇ ਲਿਖਦੇ ਹੁੰਦੇ ਆ ਬਾਈ ਬਹੁਤ ਵਧੀਆ ਬਾਈ ਤੇਰੇ ਨਾਲ ਆ ਬਾਈ ਚੱਕਦੇ ਫੱਟੇ ਬਾਈ ਹੁਣ ਖੜਨ ਦਾ ਮੌਕਾ ਵੇਲਾ ਹੈ। ਨਹੀਂ ਮੇਰੀ ਗੱਲ ਯਾਦ ਰੱਖਿਓ ਇੱਥੇ ਸਾਡੇ ਲਈ ਬੋਲਣ ਵਾਲਾ ਕੋਈ ਵੀ ਨਹੀਂ ਰਹਿਣਾ। ਸਾਰਿਆਂ ਨੂੰ ਇਹ ਜਿਹੜੇ ਆਵਾਜ਼ ਬੁਲੰਦ ਕਰਦੇ ਆ ਸਭ ਨੂੰ ਕਿਤੇ NSA ਲਾ ਦੇਣਗੇ ਕਿਤੇ UAPA ਲਾ ਦੇਣਗੇ ਸਭ ਨੂੰ ਫੜ ਫੜ ਅੰਦਰ ਕਰ ਦੇਣਗੇ। ਅੰਮ੍ਰਿਤਪਾਲ ਚੜ੍ਹਦੀ ਕਲਾ ਚ ਤੁਹਾਨੂੰ ਇਹ ਵੀ ਦੱਸ ਦਿੰਦਾ ਕੋਈ ਫੜਦੀ ਕਲਾ ਚ ਤੁਹਾਨੂੰ ਇਹ ਵੀ ਦੱਸ ਦਿੰਦਾ ਕੋਈ ਫੜਿਆ ਨਹੀਂ ਗਿਆ। ਉਹ ਐਵੇਂ ਅਫਵਾਹਾਂ ਨੇ, ਉਹ ਕੋਈ ਫੜਿਆ ਨਹੀਂ ਗਿਆ, ਨਾਲ ਦੇ ਸਾਥੀ ਫੜੇ ਗਏ ਆ। ਉਹ ਵੀ ਸਿੰਘ ਚੜ੍ਹਦੀ ਕਲਾ 'ਚ ਆ, ਕੋਈ ਘਬਰਾਉਣ ਦੀ ਲੋੜ ਨਹੀਂ। ਇਹ ਘੇਰ ਕੇ ਚਾਰ ਸਪਿਰੋਂ ਪੰਜਾਬ ਨੂੰ ਦੱਬਣ ਨੂੰ ਫਿਰਦੇ ਆ। ਆਹ ਜਿੰਨਾ ਡਰ ਦਾ ਮਾਹੌਲ ਦਹਿਸ ਦਾ ਮਾਹੌਲ ਬਣਾਇਆ ਜਾ ਰਿਹਾ, ਉਹ ਚਤੌਲੀ ਲੱਗ ਗਈ ਹੋਏ, ਫਲਾਨਾ ਲੱਗ ਗਿਆ, ਉਹ ਕਰਫਿਊ ਲੱਗ ਜੂ, ਰਾਸ਼ਟਰਪਤੀ ਰਾਜ ਲੱਗ ਜੂ, ਇਹ ਸਭ ਥੋੜ੍ਹੇ ਇਹ ਦਿਲਾਂ ਦੇ ਵਿੱਚੋਂ ਡਰ ਕੱਢੋ ਜੇ ਪੰਜਾਬ ਬਚਾਉਣਾ। ਅਤੇ ਜੇ ਐਂ ਡਰੀ ਜਾਏਗੇ ਜਵਾਕਾਂ ਨੂੰ ਐਂ ਹੋ ਗਿਆ ਹੋਇਆ ਹੋ ਗਿਆ ਤੇ ਫਿਰ ਇਹ ਪੰਜਾਬ ਬਚਣਾ ਨਹੀਂ। ਤੁਹਾਨੂੰ ਮੈਂ ਇੱਕ ਗੱਲ ਦੱਸਤੀ ਕਿਉਂਕਿ ਇਹ ਬੁਰੀ ਦੇ ਆਏ ਹੋਏ ਆ ਪੰਜਾਬ ਦੇ ਨਾਲ, ਚਾਰ ਸਪੀਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ। ਸੋ ਇਸ ਕਰਕੇ ਅਪੀਲ ਆ ਬਾਈ, ਵੱਧ ਤੋਂ ਵੱਧ ਜਿੰਨੇ ਬਾਹਰ ਸੱਜਣ ਬੈਠੇ ਆ ਆਪਣੇ ਰਿਸ਼ਤੇਦਾਰਾਂ ਨੂੰ ਕਹੋ, ਆਪਣੇ ਸਕੇ ਸੰਬੰਧੀਆਂ ਨੂੰ ਕਹੋ, ਪੇਂਡੂਆਂ ਨੂੰ ਕਹੋ ਕਿ ਬਾਈ ਹੁਣ ਸਾਡਾ ਫਰਜ਼ ਹੈ, ਸਾਰਾ ਪੰਜਾਬ ਸੜਕਾਂ 'ਤੇ ਹੋਣਾ ਚਾਹੀਦਾ ਜੇ ਅਸੀਂ ਵਾਕਈ ਚਾਹੁੰਦੇ ਹਾਂ। ਅਤੇ ਜੇ ਅੱਜ ਅਸੀਂ ਚੁੱਪ ਕਰਕੇ ਘਰਾਂ 'ਚ ਬਹਿ ਗਏ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬ ਦੇ ਉੱਤੇ ਬਹੁਤ ਮਾੜਾ ਹੋਣਾ। ਇਹ ਸਾਡੇ ਪਰਖ ਦੀ ਘੜੀ ਹੈ ਅਤੇ ਇਸ ਪਰਖ ਦੀ ਘੜੀ ਦੇ ਵਿੱਚੋਂ ਅਸੀਂ ਪਾਸ ਹੋ ਕੇ ਨਿਕਲਣਾ, ਇਹ ਤੁਹਾਡੇ 'ਤੇ ਖੜੀ ਹੈ ਗੱਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਜ਼ਿਕਰ ਹੋ ਗਿਆ ਕਿ ਅੱਜ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਮਾਨਸਾ ਦੀ ਅਨਾਜ ਮੰਡੀ ਦੇ ਵਿਖੇ ਮਨਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਲੱਖਾ ਤਾਂ ਨੇ ਕਿਹਾ ਕਿ ਸਰਕਾਰ ਇਸ ਇਕੱਠ ਨੂੰ ਰੋਕਣਾ ਚਾਹੁੰਦੀ ਹੈ, ਇਸੇ ਕਰਕੇ ਉਹਨਾਂ ਨੇ ਅੰਮ੍ਰਿਤਪਾਲ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਹੋਰ ਕੀ ਕੁਝ ਅਪਡੇਟ ਆਉਂਦੀ ਹੈ ਤੁਹਾਨੂੰ ਉਹ ਵੀ ਦੱਸਦੇ ਰਹਾਂਗੇ। ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ,
संघर्षों वाली जिंदगी ते मारांगे चाल। की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।